ਇਹੀ ਇੱਥੋਂ ਹੀ ਗੇੜ ਲੱਗਣਗੇ ਇੱਥੋਂ। ਹਾਂਜੀ ਇੱਥੋਂ ਹੀ ਆਹ ਦੇਖ ਮੈਂ ਤੁਹਾਨੂੰ ਦੱਸਦਾ ਥੋੜ੍ਹਾ ਜਿਹਾ ਭਾਈ ਕਰਕੇ। ਹਾਂਜੀ ਆਹ ਦੇਖੋ ਬਸ ਇਸ ਤਰ੍ਹਾਂ ਇਹਨੂੰ ਪੈਰ ਲਾਉਣਾ ਮਾੜਾ ਜਿਹਾ। ਓਕੇ ਇਹ ਹੁਣ ਕਿੱਕ ਹੋ ਗਈ? ਇਹ ਕਿੱਕ ਬਣ ਗਈ ਉਹਦੀ। ਠੀਕ ਹੈ ਆਹ ਜੋ ਛੱਡਦਾ। ਹਾਂਜੀ ਇੱਕ ਮਿੰਟ ਗੇਅਰ ਬਣ ਗਿਆ। ਹਾਂਜੀ ਗੇਅਰ ਤੇ ਤੱਕ ਟਾਇਰ ਵੀ ਅਗਲਾ ਨਾਲ ਦਾ ਹੀ ਆ। ਅੱਛਾ ਆਹ ਟਾਇਰ ਨਾਲ ਦਾ ਹੈ? ਹਾਂਜੀ ਨਾਲ ਦਾ ਹੀ ਟਾਇਰ ਆ। ਕੀ ਬਾਤ ਆ, ਇਹ ਫਿਰ ਬਹੁਤ ਘੱਟ ਚੱਲਿਆ ਹੋਊਗਾ। ਪੇਂਟ ਪੇਂਟ ਹੋਇਆ ਭਾਜੀ ਮੋਟਰਸਾਈਕਲ। ਹਾਂ ਪੇਂਟ ਤਾਂ ਚਲੋ ਕਰਾਉਣਾ ਪੈਂਦਾ ਟਾਈਮ ਦੇ ਹਿਸਾਬ ਨਾਲ। ਇਹ ਸਵਿਚ ਐਮਰਜੈਂਸੀ ਸਵਿਚ ਹੁੰਦਾ ਰਿਹਾ ਜਦੋਂ ਇਹਦੀ ਬੈਟਰੀ ਡਾਊਨ ਹੋ ਜਾਂਦੀ ਰਹੀ ਆ। ਹਾਂਜੀ ਆਪਾਂ ਇੱਧਰ ਨੂੰ ਕਰ ਦਿੰਦੇ ਰਹੇ ਆ, ਇਹ ਆਪਣਾ ਅੰਦਰੋਂ ਕਰੰਟ ਕਰਕੇ ਤੇ ਸਟਾਰਟ ਹੋ ਜਾਂਦਾ ਰਿਹਾ ਮੋਟਰਸਾਈਕਲ। ਸਪੀਡੋਮੀਟਰ ਦੀ ਜਿਹੜੀ ਤਾਰ ਆ ਪਿੱਛੇ ਆਉਂਦੀ ਆ, ਅੱਗੇ ਨਹੀਂ ਲੱਗਦੀ, ਪਿੱਛੇ ਆ ਰਹੀ ਆ, ਪਿਛਲੀ ਹੱਬ ਵੀ ਹੋਰ ਆ। ਠੀਕ ਹੈ ਜੀ। ਹਾਂਜੀ ਤੇ ਜਿਹੜੇ ਇਹਦੇ ਸ਼ੌਕਰ ਵਗੈਰਾ ਇਹ ਵੀ ਤੁਸੀਂ ਆਪਾਂ? ਹਾਂਜੀ ਆ ਦੇਖੋ ਉਹੀ ਪਹਿਲੇ ਰੀਸਟੋਰ ਕਰਵਾਏ ਪੁਰਾਣੇ ਵਾਲੇ। ਹਾਂਜੀ ਆਹ ਪਛਾਣ ਇਹਦੀ ਸਭ ਤੋਂ ਤੱਕ ਇੰਜਨ ਦੀ, ਇੰਜਨ ਦੀ ਆਹ ਵਾਲੀ। ਠੀਕ ਹੈ ਕਿ ਇਹ ਪੁਰਾਣੇ ਮਾਡਲ ਆ 70 ਦੇ ਨੇਰ ਗੇੜ ਦੇ ਮਾਡਲ ਦਾ। ਠੀਕ ਹੈ ਹਾਂਜੀ ਆਹ ਦੇਖੋ ਇੱਕ ਇਹਨਾਂ ਦੇ ਆਹ ਉਦੋਂ ਦੀ ਆ ਨਾਲ ਦੇ, ਇਹ ਹੌਰਨ ਦਾ ਸਵਿਚ ਆ ਭਾਜੀ। ਅੱਛਾ ਜੀ ਇਦਾਂ ਹੀ ਹੁੰਦਾ ਰਿਹਾ ਇਹ ਇੱਥੋਂ ਸਵਿਚ ਆ ਤੇ ਹੌਰਨ ਵੀ ਜਿਹੜਾ ਆਪਣਾ ਇਹ ਓਰੀਜਨਲ ਨਾਲ ਦਾ ਭਾਜੀ। ਹੱਬ ਤੋਂ ਕਰ ਲਓ ਭਾਜੀ ਦੇਖੋ ਕਿਸ ਤਰ੍ਹਾਂ ਦੀ ਹੁੰਦੀ ਰਹੀ ਸੀ। ਹਾਂਜੀ ਇੱਕ ਆਹ ਮਡਗਾਰਡ ਵੀ ਉਦੋਂ ਇਹਦਾ ਚੇਂਜ ਹੀ ਆਉਂਦਾ ਰਿਹਾ ਸੀ ਇਸ ਤਰ੍ਹਾਂ ਦਾ। ਠੀਕ ਹੈ ਹਾਂਜੀ ਹਾਂਜੀ ਦੋਸਤੋ ਸਵਾਗਤ ਆ ਬਹੁਤ ਵਧੀਆ ਵੀਡੀਓ ਦੇ ਵਿੱਚ। ਅੱਜ ਆਪਾਂ ਖੜੇ ਹਾਂ ਗੁਰਦਾਸਪੁਰ ਦੇ ਵਿੱਚ ਜਿੱਥੇ ਬਾਈ ਜੀ ਸਿਮਰਨ ਧਾਲੀਵਾਲ ਜੀ ਬਾਈ ਉਹਨਾਂ ਕੋਲ ਆਏ ਹਾਂ ਆਪਾਂ ਖਾਸ ਦੋਸਤ ਆਪਣੇ ਬਾਈ ਜੀ। ਅਤੇ ਜਿਵੇਂ ਕਿ ਤੁਸੀਂ ਆ ਮਗਰ ਦੇਖ ਹੀ ਰਹੇ ਹੋ ਅਤੇ ਅੱਜ ਆਪਾਂ ਇਹ ਸਾਰਾ ਜਿੰਨਾ ਕੁਛ ਵੀ ਅੱਜ ਸ਼ੂਟ ਕਰਾਂਗੇ ਇਸ ਵੀਡੀਓ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਬਾਈ ਸਵਾਗਤ ਆ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਬਾਈ ਜੀ ਜਿਹੜਾ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਕਿਉਂਕਿ ਆਪਣੀ ਵੀਡੀਓ ਜਿਹੜੀ ਬਣਾਉਣੀ ਆ ਬੜਾ ਸੌਖਾ ਜਿਹਾ ਹੋ ਜਾਂਦਾ ਕਿ ਇੱਕ ਆਪਾਂ ਵੀਡੀਓ ਸ਼ੂਟ ਕਰ ਲਈ ਸਾਰੇ ਕਾਹੇ ਦੀ, ਪਰ ਜਿਹੜੀ ਇਹਦੇ ਵਿੱਚ ਮਿਹਨਤ ਲੱਗਦੀ ਆ, ਪੈਸਾ ਤਾਂ ਇੱਕ ਪਾਸੇ ਹੋ ਜਾਂਦਾ, ਮਿਹਨਤ ਬਹੁਤ ਵੱਡੀ ਹੁੰਦੀ ਆ। ਕਿਉਂ ਬਾਈ ਜੀ? ਕਿਉਂਕਿ ਇਹ ਚੀਜ਼ ਨੂੰ ਸਾਰੀ ਨੂੰ ਆਪਾਂ ਲੱਭਣਾ, ਇਹ ਤਾਂ ਟਾਈਮ ਬੜਾ ਲੰਮਾ ਲੱਗ ਜਾਂਦਾ, ਤਿਆਰ ਕਰਨਾ ਬੜਾ ਔਖਾ ਹੋ ਜਾਂਦਾ। ਤੇ ਬਾਈ ਜੀ ਇਹ ਫਿਰ ਸ਼ੌਂਕ ਕਿਵੇਂ ਪਿਆ ਕਿ ਆਪਾਂ ਇਹ ਚੀਜ਼ਾਂ ਇੰਨੀਆਂ, ਕਿਉਂਕਿ ਇੱਕ ਚੀਜ਼ ਇਹੋ ਜੀ ਲੱਭਣੀ ਬਹੁਤ ਔਖੀ ਹੋ ਜਾਂਦੀ, ਕਈ ਸਾਲ ਲੱਗ ਜਾਂਦੇ ਕਈ ਵਾਰ ਤਾਂ, ਤੇ ਪਰ ਤੁਸੀਂ ਤਾਂ ਬੜਾ ਵੱਡਾ ਇੱਕ ਕਲੈਕਸ਼ਨ ਬੜੀ ਵੱਡੀ ਇਕੱਠੀ ਕਰ ਲਈ ਆ। ਸ਼ੁਰੂਆਤ ਭਾਜੀ ਮੇਰੀ ਇੱਥੋਂ ਹੋਈ ਸੀ, ਇਹ ਮੋਟਰਸਾਈਕਲ ਤੋਂ ਸ਼ੁਰੂਆਤ ਕੀਤੀ ਆ। ਠੀਕ ਹੈ ਹਾਂਜੀ। ਉਸ ਤੋਂ ਬਾਅਦ ਫਿਰ ਕਰੇਜ਼ ਪੈ ਗਿਆ, ਉਸ ਚੱਲ ਸੋ ਚੱਲ ਲੱਗੇ। ਅੱਛਾ ਜੀ। ਐਕਚੁਅਲੀ ਪਹਿਲਾਂ ਇਹ ਫਾਦਰ ਸਾਹਿਬ ਹੁਣਾਂ ਕੋਲ ਸੁਣਦੇ ਰਹੇ ਆ, ਉਹਨਾਂ ਕੋਲ ਹੁੰਦਾ ਸੀ ਇਹ ਮੋਟਰਸਾਈਕਲ। ਠੀਕ ਹੈ। 1964 ਚ ਉਹਨਾਂ ਨੇ ਥੋੜ੍ਹੀ ਦੇਰ ਬਾਅਦ ਸੇਲ ਕਰਤਾ ਸੀ। ਅੱਛਾ ਜੀ। ਫਿਰ ਆਪਾਂ ਫਿਰ ਦੁਬਾਰਾ ਲੈ ਕੇ ਤਿਆਰ ਕਰਵਾਇਆ। ਜਿਵੇਂ ਕਿ ਆਪਣੀ ਉਹ ਪਹਿਲਾਂ ਗੱਲਬਾਤ ਚੱਲਦੀ ਸੀ, ਮੇਰੇ ਹਿਸਾਬ ਨਾਲ ਜ਼ਿਆਦਾਤਰ ਇੱਥੇ ਜਿਹੜੇ ਸਾਧਨ ਖੜੇ ਉਹਨਾਂ 'ਚੋਂ ਵੀ ਜਿਹੜੇ ਪਹਿਲਾਂ ਆਪਣੇ ਘਰੇ ਪਹਿਲਾਂ ਰਹੇ ਆ, ਉਹੀ ਆਪਾਂ ਕਲੈਕਸ਼ਨ ਦੁਆਰਾ ਇਕੱਠੀ ਕੀਤੀ ਹੈ ਨਾ। ਹਾਂਜੀ। ਜਿਹੜੇ ਉਹਨਾਂ ਬਾਅਦ 'ਚ ਸੇਲ ਆਊਟ ਕਰਤੇ, ਹਾਂਜੀ, ਆਪਾਂ ਫਿਰ ਉਹੀ ਚੀਜ਼ਾਂ ਕਲੈਕਟ ਕਰਕੇ ਉਹਨਾਂ ਨੂੰ ਠੀਕ ਕਰ ਰਹੇ ਹਾਂ। ਠੀਕ ਹੈ ਠੀਕ ਹੈ। ਹਾਂਜੀ। ਵੀ ਇਹ ਚੀਜ਼ਾਂ ਇਹਦੇ ਵਿੱਚੋਂ ਕਿੰਨੇ ਸਾਧਨ ਜਿਹੜੇ ਹੈਗੇ ਜਿਹੜੇ ਆਪਣੇ ਘਰੇ ਪਹਿਲਾਂ ਰਹੇ ਆ ਪੁਰਾਣੇ, ਜਦੋਂ ਯਾਨੀ ਕਿ ਮਾਰਕੀਟ ਦੇ ਵਿੱਚ ਇਹ ਵਿਕਦੇ ਹੁੰਦੇ ਸੀਗੇ? ਮੋਸਟਲੀ ਸਾਰੇ ਹੀ ਆ ਭਾਜੀ। ਅੱਛਾ ਜੀ। ਇੱਕ ਜਾਮਾ ਲਾ ਲਓ, ਇਹ ਨਹੀਂ ਸੀ ਪਹਿਲਾਂ। ਠੀਕ ਹੈ। ਹਾਂਜੀ। ਤੇ ਇੱਕ ਜਨਾਓ ਵੈਸਪਾ, ਵੈਸਪਾ ਉਹ ਨਹੀਂ ਸੀ, ਬਾਕੀ ਤੇ ਆਲਮੋਸਟ ਸਾਰੇ ਹੈਗੇ ਸੀ। ਠੀਕ ਹੈ। ਫਾਦਰ ਸਾਹਿਬ ਹੁਣਾਂ ਕੋਲ ਪਹਿਲਾਂ। ਤੇ ਬਾਕੀ ਆਪਾਂ ਪੂਰਾ ਇਹਦੇ ਡਿਟੇਲ ਦੇ ਵਿੱਚ ਇੱਕ ਇੱਕ ਚੀਜ਼ ਦੀ ਪੂਰੀ ਵੀਡੀਓ ਦਿਖਾਵਾਂਗੇ, ਇਹਦੇ ਵਿੱਚ ਕੀ ਖਾਸ ਆ ਬਾਈ ਜੀ, ਹੈ ਨਾ। ਆਪਾਂ ਥੋੜਾ ਕੈਮਰਾ ਨੇੜੇ ਲਿਆ ਕੇ ਤੇ ਇੱਥੋਂ ਸ਼ੁਰੂ ਕਰੀਏ ਇੱਕ ਸਾਈਡ ਤੋਂ, ਹੈ ਨਾ। ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਇਹਦੇ ਵਿੱਚ ਖਾਸੀਅਤ ਕੀ ਚੀਜ਼ਾਂ ਦੇ ਵਿੱਚ ਹੈਗੀ ਆ, ਕਿਉਂਕਿ ਇੱਕ ਇਹਦੇ ਵਿੱਚ ਜਿਹੜੀ ਆ ਵੀ ਮੋਡੀਫਿਕੇਸ਼ਨ ਨਹੀਂ ਕੀਤੀ ਗਈ, ਕਹਿ ਸਕਦੇ ਆਪਾਂ ਇਹਨੂੰ ਕਹਿੰਦੇ ਆ ਵੀ ਜੈਨੂਅਨ ਰੱਖ ਕੇ ਤੇ ਇਹਨੂੰ ਆਪਾਂ ਦੁਬਾਰਾ ਇੱਕ ਵਾਰ ਪੇਂਟ ਕਰਕੇ ਤੇ ਪੂਰਾ ਵਧੀਆ ਤਰੀਕੇ ਨਾਲ ਤਿਆਰ ਕਰ ਲਿਆ। ਸਹੀ ਗੱਲ ਹੈ ਨਾ ਬਾਈ ਜੀ? ਬਿਲਕੁਲ ਭਾਜੀ। ਕਿਉਂਕਿ ਮੋਡੀਫਿਕੇਸ਼ਨ ਦੇ ਵਿੱਚ ਤਾਂ ਹੁੰਦਾ ਕਿ ਆਪਾਂ ਅਲੱਗ ਤੋਂ ਹੋਰ ਚੀਜ਼ਾਂ ਵੱਖਰੀਆਂ ਕਾਫੀ ਲਗਾ ਦਿੰਦੇ ਆ ਬਾਈ ਜੀ, ਜਿੱਦਾਂ ਜੈਨੂਅਨ ਹੁੰਦੇ ਰਹੇ ਆ ਪਹਿਲਾਂ ਕੰਪਨੀ ਤੋਂ, ਉਹੀ ਚੀਜ਼ ਰੱਖਣ ਦੀ ਕੋਸ਼ਿਸ਼ ਕੀਤੀ ਆ। ਥੋੜੀ ਬਹੁਤ ਚੀਜ਼ ਜਿਹੜੀਆਂ ਨਹੀਂ ਮਿਲਦੀਆਂ ਉਹ ਤੇ ਚੇਂਜ ਕਰਨੀਆਂ ਪੈਂਦੀਆਂ ਬਾਈ ਜੀ ਟਾਈਮ ਦੇ ਨਾਲ, ਜਿਹੜੀਆਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ, ਤੇ ਬਾਕੀ ਮੋਸਟਲੀ ਆਪਾਂ ਓਰੀਜਨੈਲਿਟੀ ਦੇ ਨਾਲ ਜ਼ਿਆਦਾ ਗਏ ਆ। ਇਹ ਕਿਹੜਾ ਮਾਡਲ ਹੈਗਾ ਜੀ ਇਹ? ਇਹ ਬਾਈ 70 ਦੇ ਲਾਗੇ ਛਾਗੇ ਮਾਡਲ ਆ। ਠੀਕ ਹੈ। 1970 ਇਹ ਮੇਰੇ ਫਾਦਰ ਸਾਹਿਬ ਦਾ ਮੋਟਰਸਾਈਕਲ ਹੈ। ਅੱਛਾ ਜੀ। ਹਾਂਜੀ ਉਹਨਾਂ ਦਾ। ਤੇ ਇਹਦੇ ਵਿੱਚ ਖਾਸੀਅਤਾਂ ਜਿਹੜੀਆਂ ਕੁਛ ਵੱਖਰੀਆਂ ਹੈਗੀਆਂ ਹਨਾ, ਜਿਵੇਂ ਅੱਗੇ ਹੱਬ ਤੋਂ ਸ਼ੁਰੂ ਕਰ, ਹੱਬ ਤੋਂ ਕਰ ਲਓ ਭਾਜੀ, ਦੇਖੋ ਕਿਸ ਤਰ੍ਹਾਂ ਦੀ ਹੁੰਦੀ ਰਹੀ ਸੀ। ਹਾਂਜੀ। ਇੱਕ ਆਦ ਮਡਗਾਰਡ ਵੀ ਉਦੋਂ ਇਹਦਾ ਚੇਂਜ ਹੀ ਆਉਂਦਾ ਰਿਹਾ ਸੀ ਇਸ ਤਰ੍ਹਾਂ ਦਾ। ਠੀਕ ਹੈ। ਹਾਂਜੀ। ਤੇ ਇਹ ਹੱਬ ਹੁਣ ਕਾਫੀ ਵੀਰੇ ਵੀ ਕਹਿ ਦਿੰਦੇ ਆ ਵੀ ਇਹ ਬਾਅਦ ਵਿੱਚ ਤਿਆਰ ਕਰਵਾ ਕੇ ਬਣਵਾ ਲਈ ਹੋਊਗੀ, ਹੈ ਨਾ, ਵੀ ਨਹੀਂ ਆਉਂਦੀ ਸੀ ਜਾਂ ਇੰਜ, ਹੈ ਨਾ। ਹੱਬਾਂ ਤੇ ਭਾਜੀ ਤਿਆਰ ਮਤਲਬ ਮਿਲ ਜਾਂਦੀਆਂ, ਲੋਕੀ ਕਰਵਾ ਲੈਂਦੇ ਆ। ਹਾਂਜੀ। ਪਰ ਇਹਨਾਂ ਦੀ ਦੇਖੋ ਪੁਰਾਣੇ ਮਾਡਲ ਦੀ ਇੰਜਨ ਦੀ ਤੁਹਾਨੂੰ ਨਿਸ਼ਾਨੀ ਦੱਸਦਾ। ਹਾਂਜੀ। ਜੋੜਾ ਮਰਜ਼ੀ ਕਹੀ ਜਾਏ, ਆਹ ਦੇਖੋ ਆਹ ਕਵਰ। ਠੀਕ ਹੈ। ਇਹ ਵੀ ਮੇਰੀ ਕਿਸੇ ਨੇ ਭਾਜੀ ਵੀਡੀਓ ਸ਼ੂਟ ਹੋਈ ਸੀ, ਹਾਂਜੀ, ਉਹ 'ਚ ਕਮੈਂਟ ਸੀ ਕਿ ਨਹੀਂ ਇਹ ਮੋਟਰਸਾਈਕਲ ਦੁਬਾਰਾ ਤਿਆਰ ਹੋਇਆ। ਹਾਂ, ਪੇਂਟ ਹੋਇਆ, ਤਿਆਰ ਹੋਇਆ, ਪਰ ਹੈ ਓਰੀਜਨਲ ਮੋਟਰਸਾਈਕਲ, ਆਹ ਪਛਾਣ ਹੈ ਦੀ ਸਭ ਤੋਂ ਤੱਕ ਇੰਜਨ ਦੀ, ਇੰਜਨ ਦੀ ਆਹ ਵਾਲੀ। ਠੀਕ ਹੈ। ਕੀ ਇਹ ਪੁਰਾਣੇ ਮਾਡਲ ਆ 70 ਦੇ ਨੇੜ ਗੇੜ ਦੇ ਮਾਡਲ ਦਾ? ਠੀਕ ਹੈ। ਹਾਂਜੀ। ਆਹ ਦੇਖੋ ਇੱਕ ਇਹਨਾਂ ਦੇ
एक होर आ भाजी इहदा मीटर दी जिहड़ी स्पीडोमीटर दी जिहड़ी तार आ पिछे आउंदी आ, अग्गे नहीं लगती, पिछे आ रही है, पिछली हब भी होर आ। ठीक है जी। हाँ जी। बैटरी डाउन हो जाती रही है, इधर नूं कर दिंदे रहे आ, अपना अंदरों करंट करके ते स्टार्ट हो जांदा रहा मोटरसाइकल। ठीक है भाई जी, ठीक है। ये खासियत सी जी, ये इहदे विच ही खासियतां सीगियां। एक लेग गार्ड वी इहदा अजे तक नाल दा भाई। ठीक है। मोटरसाइकल दा ते मेरे हिसाब नाल भाई जदों तुसीं उहने दुबारा खरीदिया मोटरसाइकल काफी साफ ही होऊगा जिहड़ा। नहीं, ये नहीं खरीदिया, ये रिकॉर्ड ही आया सी भाई। अच्छा, ये पहलां दा ही अपना। हां जी। ठीक है। हां जी। ये घर दा मोटरसाइकल। ठीक है जी। हां जी। ते ये राजदूत, ये भी अपने कोले पहलां हुंदा सी। हां जी, ये दुबारा फेर लिया। ठीक है। हां जी, ओ मॉडल होर सी, ये मॉडल हुण अप वाला मॉडल आ कोई। हां जी। हां जी। ਇਹ ਵੀ ਸਾਰਾ ਰੀਸਟੋਰ ਜੈਨੂਇਨ ਓਰੀਜਨੈਲਿਟੀ 'ਚ ਹੋਇਆ ਭਾਅ ਜੀ। ਠੀਕ ਹੈ। ਹਾਂਜੀ, ਇੰਜਨ ਅਜੇ ਤੱਕ ਇਹਦਾ ਓਰੀਜਨਲ ਹੀ ਹੈ, ਖੁੱਲ੍ਹਾ ਨਹੀਂ ਹੈ ਮੋਟਰਸਾਈਕਲ। ਅੱਛਾ ਜੀ। ਹਾਂਜੀ, ਅਜੇ ਤੱਕ ਟਾਇਰ ਵੀ ਅਗਲਾ ਨਾਲ ਦਾ ਹੀ ਆ। ਅੱਛਾ, ਆਹ ਟਾਇਰ ਨਾਲ ਦਾ ਹੈ? ਹਾਂਜੀ, ਨਾਲ ਦਾ ਹੀ ਟਾਇਰ ਆ। ਕੀ ਬਾਤ ਆ, ਤੇ ਫਿਰ ਬਹੁਤ ਘੱਟ ਚੱਲਿਆ ਉਹ। ਪੇਂਟ ਪੇਂਟ ਹੋਇਆ ਭਾਅ ਜੀ ਮੋਟਰਸਾਈਕਲ। ਹਾਂ, ਪੇਂਟ ਤਾਂ ਚਲੋ ਕਰਾਉਣਾ ਪੈਂਦਾ ਟਾਈਮ ਦੇ ਹਿਸਾਬ ਨਾਲ। ਇਹ ਕਿਹੜਾ ਮਾਡਲ ਹੈ ਜੀ ਇਹ? ਇਹਦਾ ਕਨਫਰਮ ਨਹੀਂ ਭਾਅ ਜੀ ਕਿਹੜਾ ਮੋਟਰਸਾਈਕਲ, ਕਿਉਂ ਇੰਨੇ ਜਾਣੇ ਯਾਦ ਭੁੱਲ ਜਾਂਦਾ ਕਿਹੜਾ ਮਾਡਲ ਕਿਹੜਾ ਵਾ। ਹਾਂਜੀ, ਬਿਲਕੁਲ। ਤੇ ਇਹਦੇ ਵਿੱਚ ਰਾਜਦੂਤ ਦੇ ਵਿੱਚ ਕੀ ਖਾਸੀਅਤ ਆਉਂਦੀ ਸੀ ਜੀ ਇਸ 'ਚ? ਇਹ ਭਾਈ ਜਾਣ ਜੂਣ 'ਚ ਮੋਟਰਸਾਈਕਲ ਬੜੇ ਮੰਨੇ ਗਏ ਨੇ। ਠੀਕ ਹੈ। ਹਾਂਜੀ, ਆਵਾਜ਼ ਬਹੁਤ ਸੋਹਣੀ ਹੈ ਮੋਟਰਸਾਈਕਲਾਂ ਦੀ। ਠੀਕ ਹੈ ਜੀ। ਹਾਂਜੀ, ਚਲਾਉਣ ਦਾ ਬਹੁਤ ਮਜ਼ਾ ਆਉਂਦਾ ਇਹਨਾਂ ਨੂੰ। ਠੀਕ ਹੈ। ਹਾਂਜੀ, ਬਹੁਤ ਵਧੀਆ ਮੋਟਰਸਾਈਕਲ ਨੇ। ਬਾਕੀ ਜਿਹੜਾ ਤੁਸੀਂ ਕੰਮ ਕਰਵਾਇਆ, ਪੇਂਟ ਕਰਵਾਇਆ, ਪੇਂਟ ਵੀ ਬਹੁਤ ਵਧੀਆ ਹੋਇਆ ਹੋਇਆ ਇਹਨੂੰ, ਹੈ ਨਾ? ਹਾਂਜੀ, ਕਿਉਂਕਿ ਪੇਂਟ ਇੰਨਾ ਵਧੀਆ ਜਿਵੇਂ ਕੰਪਨੀ ਦਾ ਪੇਂਟ ਹੁੰਦਾ ਉਸ ਤਰੀਕੇ ਦਾ ਲੱਗਦਾ। ਬਿਲਕੁਲ ਭਾਜੀ, ਤੁਹਾਨੂੰ ਅੱਗੇ ਵੀ ਦੱਸਿਆ ਮੈਂ ਕਿ ਆਪਾਂ ਰੀਸਟੋਰ ਜਿਹੜਾ ਕਰਦੇ ਹਾਂ ਓਰੀਜਨੈਲਿਟੀ 'ਚ ਜ਼ਿਆਦਾ ਜਾਂਦੇ ਹਾਂ ਭਾਜੀ। ਬਿਲਕੁਲ ਜੀ, ਕਿ ਓਰੀਜਨਲ ਚੀਜ਼ ਰਹੇ। ਹਾਂ, ਬਾਕੀ ਮੈਂ ਇੱਕ ਚੀਜ਼ ਮੈਂ ਤੁਹਾਡੀ ਹੋਰ ਦੇਖੀ ਆ ਆਪਣੀਆਂ ਮੋਟਰਸਾਈਕਲ ਜਾਂ ਗੱਡੀਆਂ ਦੇ ਵਿੱਚ, ਜਿਹੜਾ ਤੁਹਾਡਾ ਕਰੋਮ ਦਾ ਕੰਮ ਆ, ਹਾਂਜੀ, ਉਹ ਵੀ ਬਹੁਤ ਵੱਖਰਾ ਵਾ। ਹਾਂਜੀ, ਕਿਉਂਕਿ ਨਹੀਂ ਆਮ ਇੰਨਾ ਵਧੀਆ ਕਰੋਮ ਮਿਲਦਾ ਨਹੀਂ ਗਾ ਕਿਤੇ। ਇਹ ਕਰੋਮ ਭਾਜੀ ਇਹਦਾ ਜਿੰਨਾ ਵੀ ਆ, ਦੇਖੋ ਆਪਾਂ ਗੁਰਦਾਸਪੁਰ ਬੈਠੇ, ਸਾਡੇ ਤੋਂ ਪਟਿਆਲਾ ਕਿੰਨੀ ਦੂਰ ਆ? ਹਾਂਜੀ, ਇੱਕ ਜਿੰਨਾ ਕਰੋਮ ਵਰਕ ਆ ਸਾਰਾ ਪਟਿਆਲਿਓਂ ਹੋਇਆ। ਠੀਕ ਹੈ। ਹਾਂਜੀ, ਉੱਥੇ ਕਾਫੀ ਮਸ਼ਹੂਰ ਆ, ਉੱਥੋਂ ਕਰਵਾਉਂਦੇ ਆ। ਹਾਂਜੀ, ਇਹ ਆਫਟਰ ਮਾਰਕੀਟ ਨੇ ਇਹਦੇ, ਆ ਬਾਅਦ ਚਲਵਾਏ ਪਏ ਨੇ। ਠੀਕ ਹੈ ਜੀ। ਹਾਂਜੀ, ਮੈਂ ਜਿਵੇਂ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਵੀਡੀਓ ਇੱਕ ਬਣਾਉਣੀ ਬੜਾ ਸੌਖਾ ਜਿਹਾ ਕੰਮ ਹੋ ਜਾਂਦਾ ਕਿ ਵੀ ਇੰਨੀ ਕਲੈਕਸ਼ਨ ਇਕੱਠੀ ਕੀਤੀ ਹੈ ਬਾਈ ਨੇ ਤੇ ਉਹਦੀ ਵੀਡੀਓ ਕਰ ਲਈਏ। ਹਾਂਜੀ, ਪਰ ਉਹ ਉਸ ਕਲੈਕਸ਼ਨ ਨੂੰ ਦਿਖਾਉਣ ਤੋਂ ਪਹਿਲਾਂ ਜਦੋਂ ਤੁਹਾਡਾ ਜਿਹੜੀ ਮਿਹਨਤ ਆ ਉਹ ਬਹੁਤ ਵੱਡੀ ਹੋ ਜਾਂਦੀ ਹੈ। ਦੇਖੋ ਭਾਈ, ਇੱਕ ਪਹਿਲਾਂ ਲੱਭਣਾ ਇਹਨਾਂ ਨੂੰ, ਹਾਂਜੀ, ਫਿਰ ਕੇ, ਹਾਂਜੀ ਹਾਂਜੀ, ਫਿਰ ਡੀਲ ਕਰਨੀ ਕਿਸੇ ਨਾਲ। ਹਾਂਜੀ, ਹੁਣ ਹਰ ਇੱਕ ਚੀਜ਼ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਵੈਲਿਊ ਬੜੀ ਆ। ਹਾਂਜੀ, ਕੋਈ ਦਿੰਦੇ ਨਹੀਂ ਪਹਿਲਾਂ ਲੋਕ, ਬਿਲਕੁਲ, ਖਰੀਦਣੀ ਬੜੀ ਔਖੀ ਆ, ਬਾਅਦ 'ਚ ਉਹਨਾਂ ਦਾ ਸਪੇਅਰ ਪਾਰਟ ਲੱਭ ਕੇ ਤਿਆਰ ਕਰਾਉਣਾ, ਤਿਆਰ ਕਰਾਉਣਾ। ਹਾਂਜੀ, ਕਾਫੀ ਟਾਈਮ ਲੈ ਜਾਂਦਾ ਇਹ ਚੀਜ਼। ਬਿਲਕੁਲ ਬਿਲਕੁਲ, ਵੀ ਯਾਨੀ ਕਿ ਜਿਹੜਾ ਲੱਭਣ ਦੇ ਟਾਈਮ ਤੋਂ ਬਾਅਦ ਜਦੋਂ ਤਿਆਰ ਕਰਾਉਣ ਤੇ ਵੀ ਸਾਲ ਸਾਲ ਲੱਗ ਜਾਂਦਾ ਵਾ ਇਸ ਨੂੰ ਤਿਆਰ ਕਰਨ ਤੇ। ਬਿਲਕੁਲ ਭਾਜੀ। ਹਾਂਜੀ, ਤੇ ਇਹ ਕਿਹੜਾ ਮਾਡਲ ਹੈਗਾ ਜੀ ਇਹਦਾ? ਜਾਵਾ ਹੈ ਭਾਜੀ। ਹਾਂਜੀ, ਚੈਕੋ ਸਲਵਾਕ ਦਾ, ਠੀਕ ਹੈ, ਬਾਅਦ ਚ ਇੰਡੀਆ 'ਚ ਬਣਨ ਲੱਗ ਪਏ ਸੀ ਇਹ। ਠੀਕ ਹੈ, ਪਹਿਲਾਂ ਇਹ ਬਾਹਰੋਂ ਹੀ ਆਉਂਦੇ ਰਹੇ ਸੀ। ਇਹ ਜਿਹੜਾ ਇਹ ਹੁਣ ਇੰਡੀਅਨ ਮਾਡਲ ਹੈ ਜਾਂ ਬਾਹਰ? ਇਹ ਇੰਡੀਅਨ ਹੈ ਭਾਜੀ, ਇਹ 71 ਮਾਡਲ ਹੈ। ਓਕੇ, ਇਹ ਇੰਡੀਅਨ ਹੈ। ਠੀਕ ਹੈ। ਇਹ ਜਿਹੜਾ ਫਾਦਰ ਸਾਹਿਬ ਹੁਣ ਪਹਿਲਾਂ ਸੀ 1964 ਮਾਡਲ ਸੀ ਜਿਹੜਾ ਉਹਨਾਂ ਨੇ ਸੇਲ ਕੀਤਾ। ਠੀਕ ਹੈ, ਉਹ ਬਾਹਰ ਦਾ ਸੀ। ਅੱਛਾ ਜੀ। ਹਾਂਜੀ, ਤੇ ਇਹਦਾ ਜਿਹੜਾ ਆਹ ਵਾ ਇਹ ਕਿੱਕ ਤੇ ਗੇਅਰ ਇੱਕ ਹੀ ਹੈ ਨਾ? ਇੱਕ ਹੀ ਹੈ ਭਾਜੀ, ਇਹੀ ਇਤੋਂ ਹੀ ਗੇਅਰ ਲੱਗਣਗੇ ਇਤੋਂ। ਹਾਂਜੀ, ਇਤੋਂ ਹੀ ਆ ਦੇਖ, ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ ਭਾਜੀ ਕਰਕੇ। ਹਾਂਜੀ, ਆਹ ਦੇਖੋ, ਬਸ ਇਸ ਤਰ੍ਹਾਂ ਇਹਨੂੰ ਪੈਰ ਲਾਣਾ ਮਾੜਾ ਜਿਹਾ। ਓਕੇ, ਇਹ ਹੁਣ ਕਿੱਕ ਹੋ ਗਈ, ਇਹ ਕਿੱਕ ਬਣ ਗਈ ਭਾਜੀ। ਠੀਕ ਹੈ, ਆ ਜੇ ਛੱਡਦਾ। ਹਾਂਜੀ, ਜਿਹੜੀ ਗੱਲ ਕਰੀਏ ਜੇ ਆਪਾਂ ਕਲਰ ਓਰੀਜਨਲ ਇਹ ਵੀ ਆਉਂਦਾ ਸੀ ਜਾਂ ਆਪਾਂ ਆਪਦੀ ਮਰਜ਼ੀ ਨਾਲ ਥੋੜਾ ਜਿਹਾ ਕਰਵਾਇਆ ਸੀ? ਕਲਰ ਦਾ ਸੀ ਮੋਟਰਸਾਈਕਲ ਪਹਿਲਾਂ ਭਾਈ। ਅੱਛਾ, ਨਹੀਂ ਵੈਸੇ ਵੀ ਹੋਰ ਕਲਰ ਦੇ ਵੀ ਜਿਵੇਂ ਕਾਫੀ ਕਲਰ ਆ ਜਾਂਦੇ, ਇਸ ਕਲਰ 'ਚ ਆਏ ਆ ਜਾਂ ਨਹੀਂ? ਇਹ 'ਚ ਨਹੀਂ ਦੇਖਿਆ ਅਜੇ ਤੱਕ ਭਾਅ ਜੀ। ਅੱਛਾ, ਵੀ ਇਹ ਆਪਾਂ ਆਪਣੀ ਇੱਕ ਆਪਦੀ ਦਿਲੀ ਤਮੰਨਾ ਸੀਗੇ ਵੀ ਆਪਾਂ ਇਸ ਚੀਜ਼ ਨੂੰ, ਇਹਦਾ ਰਾਜਦੂਤ ਦਾ ਆਪਣੀ ਚੋਇਸ ਨਾਲ ਹੀ ਕਰਵਾਇਆ ਭਾਅ ਜੀ। ਠੀਕ ਹੈ, ਉਹ ਵੀ ਬਲੈਕ ਕਲਰ ਦਾ ਸੀ ਬਿਲਾ। ਠੀਕ ਹੈ ਜੀ। ਹਾਂਜੀ, ਆ ਵੀ ਕਈ ਚੀਜ਼ਾਂ ਦੀ ਚੋਇਸ ਹੋ ਜਾਂਦੀ ਹੈ ਨਾ ਕਿ ਆਪਾਂ ਉਸ ਚੀਜ਼ ਨੂੰ ਆਪਾਂ ਆਪਦੇ ਤਰੀਕੇ ਨਾਲ ਤਿਆਰ ਕਰਨਾ, ਹੈ ਨਾ? ਇਹਦੇ 2 ਸਾਇਲੈਂਸਰ ਹੈ ਭਾਅ ਜੀ। ਠੀਕ ਹੈ। ਹਾਂਜੀ, 250 ਸੀਸੀ ਮੋਟਰਸਾਈਕਲ ਹੈ। ਠੀਕ ਹੈ ਜੀ। ਹਾਂਜੀ, ਇਹਦਾ ਕਰੋਮ ਵਰਕ ਵੀ ਤੁਸੀਂ ਦੇਖੋਗੇ ਕਿੰਨਾ ਸੋਹਣਾ ਹੋਇਆ ਹੋਇਆ। ਬਹੁਤ ਸੋਹਣਾ ਜੀ, ਬਹੁਤ ਸੋਹਣਾ ਕਰੋਮ ਵਰਕ। ਬਾਕੀ ਆ ਇੰਜਨ ਦਾ ਜਿਹੜਾ ਵਾ ਇਹ ਵੀ ਬਹੁਤ ਵਧੀਆ। ਹਾਂਜੀ, ਇੰਜਨ ਦੀ ਬਹੁਤ ਸੋਹਣੀ, ਬਹੁਤ ਸੋਹਣੀ ਫਿਨਿਸ਼ਿੰਗ ਹੈ। ਬਿਲਕੁਲ, ਕਿਤੋਂ ਵੀ ਇੰਜ। ਬਾਕੀ ਚੀਜ਼ ਇਹ ਆ ਵੀ ਕੋਈ ਕੋਈ ਲੀਕਿੰਗ ਨਹੀਂ, ਕੋਈ ਇਹੋ ਜਿਹਾ ਪਾਰਟਸ ਇਹ ਨਹੀਂ ਗਾ ਜਿਹੜਾ ਕੁਛ ਅਲੱਗ ਜਿਹਾ ਲੱਗਦਾ ਹੋਵੇ, ਹੈ ਨਾ? ਇੱਕ ਸਾਰੇ ਵਰਕਿੰਗ ਕੰਡੀਸ਼ਨ 'ਚ ਨੇ ਸਾਰੇ, ਸਭ ਤੋਂ ਮੇਨ ਗੱਲ ਕਲੈਕਸ਼ਨ ਵੀ ਸਾਰੀ ਵਰਕਿੰਗ ਕੰਡੀਸ਼ਨ 'ਚ ਜੀ। ਠੀਕ ਹੈ ਜੀ। ਹਾਂਜੀ, ਤੇ ਇਸ ਤੋਂ ਅੱਗੇ ਆ ਗਿਆ ਬਜਾਜ ਚੇਤਕ। ਹਾਂਜੀ,
ਤੇ ਇਹ ਤਾਂ ਚਲੋ ਉਸ ਤੋਂ ਪਹਿਲਾਂ ਜਦੋਂ ਪ੍ਰਿਆ ਜਦੋਂ ਕਿਉਂਕਿ ਆਪਾਂ ਮੇਰੇ ਹਿਸਾਬ ਨਾਲ ਜ਼ਿਆਦਾਤਰ ਬੰਦਿਆਂ ਨੇ ਜਿੰਨਿਆਂ ਨੇ ਆਪਣੇ ਵਰਗੀ ਆਪਣੇ ਹਾਣੀ ਆ ਉਹਨਾਂ ਨੇ ਪ੍ਰਿਆ ਤੋਂ ਜ਼ਿਆਦਾ ਸਕੂਟਰ ਸਿੱਖੇ ਹੋਣੇ ਆ ਬਿਲਕੁਲ ਜੀ ਤੇ ਉਹ ਇਹ ਉਸ ਤੋਂ ਬਾਅਦ ਆ ਜਾਂਦੇ ਸੀ ਹੈ ਨਾ ਜੀ ਨਹੀਂ ਭਾਈ ਇਹ ਆਮ ਨਹੀਂ ਹੈ ਇਹ ਮਾਡਲ ਸੀ ਜਿਹੜਾ ਇੰਡੀਕੇਟਰਾਂ ਤੋਂ ਪਹਿਲੇ ਵਾਲਾ ਸਟਾਰਟਿੰਗ ਮਾਡਲ ਹੈ ਸਟਾਰਟਿੰਗ ਦੇ ਵਿੱਚ ਹਾਂਜੀ ਜਿਹੜੀ ਇੰਡੀਕੇਟਰਾਂ ਤੋਂ ਵਗੈਰਾ ਆਏ ਸੀ ਬਾਅਦ ਚ ਇੰਡੀਕੇਟਰ ਨਾਲ ਲਾਪੇ ਸੀ ਇਹਨਾਂ ਦੇ ਹਾਂਜੀ ਇਹ ਸਿੰਪਲ ਵਾਲੇ ਆਏ ਸੀ ਇੰਡੀਕੇਟਰਾਂ ਤੋਂ ਵਗੈਰਾ ਠੀਕ ਹੈ ਹਾਂਜੀ ਇਹ ਇਹਦਾ ਵੀ ਭਾਜੀ ਤਾਂ ਕਿ ਇੰਜਨ ਨਹੀਂ ਖੁੱਲਾ ਹੋਇਆ ਠੀਕ ਹੈ ਹਾਂਜੀ ਬੜਾ ਜੈਨੂਇਨ ਜਿਹਾ ਸਕੂਟਰ ਹੈ ਇਹਦੀ ਜਿਹੜੀ ਆਰਸੀ ਉਹ ਉਦਾਂ ਦੀ ਉਦਾਂ ਹੀ ਆ ਅੱਛਾ ਜੀ ਆਰਸੀ ਬੁੱਕ ਤੇ ਮੈਨੂਅਲ ਬੁੱਕ ਦੀ ਜਿਹੜੀ ਹੁੰਦੀ ਹੈ ਹਾਂਜੀ ਉੱਪਰਲਾ ਕਵਰ ਜਿਹੜਾ ਉਦੋਂ ਬਜਾਜ ਦਿੰਦਾ ਰਿਹਾ ਉਹ ਵੀ ਉਦਾਂ ਦਾ ਸਟਿਲ ਉਦਾਂ ਦਾ ਉਦਾਂ ਹੀ ਬਿਲਕੁਲ ਉਦਾਂ ਹੀ ਪਿਆ ਹੋਇਆ ਅੱਛਾ ਵੀ ਇੰਨਾ ਵਧੀਆ ਮਿਲ ਗਿਆ ਵੀ ਉਹ ਪੂਰੇ ਪਾਰਟਸ ਜਾਨੀ ਕਿ ਪੂਰਾ ਇਹਦਾ ਮਿਲ ਗਿਆ ਸਾਰਾ ਕੁਝ ਨਾਲ ਹੈ ਨਾ ਬਿਲਕੁਲ ਠੀਕ ਹੈ ਜੀ ਤੇ ਇਹ ਵੀ ਆਪਾਂ ਪਹਿਲਾਂ ਜਾਨੀ ਕਿ ਆਪਣੇ ਬਜ਼ੁਰਗਾਂ ਨੇ ਖਰੀਦਿਆ ਹੋਇਆ ਸੀਗਾ ਹਾਂਜੀ ਠੀਕ ਹੈ ਉਸ ਤੋਂ ਬਾਅਦ ਸੇਲ ਕਰਤੀ ਪਰ ਇਹ ਹੋਰ ਮਾਡਲ ਲੱਭੇ ਨੇ ਨੰਬਰ ਹੋਰ ਨੇ ਚੀਜ਼ਾਂ ਉਹ ਚੀਜ਼ਾਂ ਦਾ ਹੈ ਹਾਂਜੀ ਤੇ ਇਹ ਆ ਗਿਆ ਜੀ ਲੰਬਰੇਟਾ ਨਹੀਂ ਭਾਜੀ ਇਹ ਐਕਚੁਅਲੀ ਮੈਂ ਲੰਬਰੇਟੇ ਦੇ ਲੋਗੋ ਲਗਾਇਆ ਹੈ ਇਹ ਵਿਜੇ ਸੁਪਰ ਅੱਛਾ ਜੀ ਹਾਂਜੀ ਹੈ ਵਿਜੇ ਸੁਪਰ ਠੀਕ ਹੈ ਲੰਬਰੇਟਾ ਮਿਲਿਆ ਨਹੀਂ ਸੀ ਲੰਬਰੇਟਾ ਜਿੰਨਾ ਕੋਲ ਹੈਗਾ ਉਹ ਡਿਮਾਂਡ ਬੜੀ ਕਰਦੇ ਆ ਪੈਸਿਆਂ ਦੀ ਅੱਛਾ ਜੀ ਲੱਭਣਾ ਮੈਂ ਲੰਬਰੇਟਾ ਸੀ ਕਿਉਂਕਿ ਘਰੇ ਸਾਡੇ ਪਹਿਲਾਂ ਲੰਬਰੇਟਾ ਸੀ ਠੀਕ ਹੈ ਫਾਦਰ ਸਾਹਿਬ ਹੁਣੀ ਦੱਸਦੇ ਰਹੇ ਠੀਕ ਹੈ ਜੀ ਤੇ ਲੰਬਰੇਟੇ ਦੀ ਕੋਸ਼ਿਸ਼ ਬੜੀ ਕੀਤੀ ਹਾਂਜੀ ਤੇ ਚਲੋ ਉਹ ਵੀ ਲੱਭ ਲਾਂਗੇ ਜੇ ਹੋਇਆ ਤੇ ਇਹ ਪਹਿਲਾਂ ਇਹ ਮਿਲ ਗਿਆ ਠੀਕ ਹੈ ਜੀ ਤੇ ਇਹਨੂੰ ਹੈ ਵਿਜੇ ਸੁਪਰ ਆ ਇਹਨੂੰ ਲੋਗੋ ਸਾਰੇ ਆਪਾਂ ਲੰਬਰੇਟਾ ਵਾਲੇ ਕੀਤੇ ਆ ਇਹ ਇਹ ਕਿਹੜੇ ਸਨ ਦੇ ਵਿੱਚ ਆਉਣੇ ਸ਼ੁਰੂ ਹੋਏ ਤੇ ਕਿਹੜੇ ਸਨ ਤੱਕ ਆਏ ਆ ਬਈ ਇਹ ਮੇਡ ਇਨ ਇਟਲੀ ਆ ਬਈ ਇਹ ਤਾਂ ਉਹਦਾ ਅੱਛਾ ਜੀ ਇਹ ਜਿਹੜੇ ਲੰਬਰੇਟਾ ਸੀ ਠੀਕ ਹੈ ਇਹ ਇੱਥੇ ਬਣਨ ਲੱਪੇ ਸੀ ਮੈਨੂਫੈਕਚਰ ਬਾਅਦ ਚ ਹੁਣ ਲੱਪੇ ਸੀ ਪਹਿਲਾਂ ਬਾਹਰੋਂ ਹੀ ਹੁੰਦੇ ਰਹੇ ਸੀ ਓਕੇ ਫਿਰ ਇੱਥੇ ਹੁਣ ਲੱਪੇ ਸੀ ਠੀਕ ਹੈ ਜੀ ਹਾਂਜੀ ਇਹ ਵੀ ਵਰਕਿੰਗ ਕੰਡੀਸ਼ਨ ਚ ਆ ਹਾਂਜੀ ਵਰਕਿੰਗ ਚ ਬਈ ਸਾਰੇ ਵਰਕਿੰਗ ਚ ਠੀਕ ਹੈ ਇਹ ਕਿਹੜਾ ਮਾਡਲ ਹੋਊਗਾ ਭਾਜੀ ਮਾਡਲ ਯਾਦ ਨਹੀਂ ਹੈ ਹਾਂਜੀ ਹੈ ਤਾਂ ਪੁਰਾਣੀ ਆ ਇਹ ਵੀ ਸ਼ਾਇਦ 72 ਦੇ ਏਅਰ ਗੇੜੀ ਹੈ ਬਈ ਠੀਕ ਹੈ ਹਾਂਜੀ 70-72 ਦੇ ਏਅਰ ਗੇੜੀ ਇਹ ਸਵਿਚ ਲਗਾਓ ਵੀ ਬੜੇ ਵੱਖਰੇ ਜਗ੍ਹਾ ਤੇ ਆਈ ਹੈ ਨਾ ਹਾਂਜੀ ਇਹ ਸਵਿਚ ਇਹਦਾ ਇੱਥੇ ਆ ਇੱਥੋਂ ਲਾਈਟਾਂ ਜਗਦੀਆਂ ਬਈ ਅੱਛਾ ਜੀ ਹਾਂਜੀ ਆ ਆ ਇੱਥੇ ਲੋਕ ਲੱਗਦਾ ਇਹਨੂੰ ਓਕੇ ਸਟੀਅਰਿੰਗ ਲੋਕ ਹੈਂਡਲ ਦਾ ਲੋਕ ਆ ਹਾਂਜੀ 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 ਠੀਕ ਹੈ ਤੇ ਮੀਟਰ ਵਗੈਰਾ ਚੱਲਦਾ ਇਹਦਾ ਹੁਣ ਹਾਂਜੀ ਮੀਟਰ ਚ ਮੀਟਰ ਇਹਦੇ ਇਹਦਾ ਸਮਾਨ ਜਿਆਦਾ ਖਾਸ ਕਰ ਓਰੀਜਨਲ ਕੱਟ ਆ ਓਕੇ ਜਿਹਦਾ ਮੀਟਰ ਵੀ ਨਵਾਂ ਲਾਈਟ ਵੀ ਨਵੀਂ ਹਾਂਜੀ ਆ ਚੀਜ਼ਾਂ ਸਾਰੀਆਂ ਲੋਗੋ ਲੋਗੋ ਠੀਕ ਹੈ ਇਹ ਨਵੇਂ ਦਿੱਲੀ ਤੋਂ ਮੰਗਾ ਕੇ ਪਵਾਏ ਸਰ ਠੀਕ ਹੈ ਜੀ ਹਾਂਜੀ ਤੇ ਇਹਦੇ ਵਿੱਚ ਇੱਕ ਚੀਜ਼ ਬਾਈ ਜੀ ਆਹ ਦੱਸਿਓ ਆ ਜਿਹੜਾ ਇਹਦੇ ਉੱਪਰ ਇਹ ਰਬੜ ਲਗਾਈ ਹੋਈ ਆ ਇਹਨਾਂ ਟਾਇਰ ਆਇਲ ਕਹਿੰਦੇ ਬਾਈ ਅੱਛਾ ਜੀ ਹਾਂਜੀ ਜਿਹੜੇ ਪੁਰਾਣੇ ਜਿੰਨੇ ਵੀ ਆਉਂਦੇ ਰਹੇ ਸੀ ਪਹਿਲਾਂ ਗੱਡੀਆਂ ਵੀ ਉਹਨਾਂ ਟਾਇਰ ਆਇਲ ਆਉਂਦੇ ਨਹੀਂ ਸੀ ਇਹ ਵਾਇਟ ਠੀਕ ਹੈ ਇਹ ਲੱਗਦੀ ਹੈ ਠੀਕ ਹੈ ਜੀ ਤੇ ਇਹ ਯਾਮਾ ਇਹ ਹਜੇ ਯਾਨੀ ਕਿ ਤਿਆਰ ਕਰਵਾਉਣਾ ਇਹ ਰੀਸਟੋਰ ਹੋਣਾ ਬਾਈ ਹਜੇ ਹਾਂਜੀ ਹਾਂਜੀ ਇਹ ਮਿਲ ਗਿਆ ਸੀ ਕਿਤੇ ਮੈਨੂੰ ਠੀਕ ਹੈ ਫਿਰ 135 ਹੈ ਠੀਕ ਹੈ ਤੇ ਕੱਲਾ 135 ਵੇਖ ਕੇ ਨਹੀਂ ਲਿਆ ਇਹ ਤਾਂ ਲਿਆ ਇਹ 5 ਸਪੀਡ ਹੈ ਬਾਈ ਓਕੇ ਇਹ 5 ਗੇਅਰ ਵਾਲਾ ਯਾਮਾ 5 ਗੇਅਰ ਵਾਲਾ ਹਾਂਜੀ ਇਹ ਮਿਲਦਾ ਬਹੁਤ ਘੱਟ ਠੀਕ ਹੈ ਲੱਭਦਾ ਬਹੁਤ ਘੱਟ ਬਾਈ ਇਹ ਠੀਕ ਹੈ ਇਹ ਇਹ ਪਿਛਲੇ ਟਾਈਮ ਦੇ ਵਿੱਚ ਨਾ ਅੱਜ ਤੋਂ ਕੋਈ 10 ਕੁ ਸਾਲ 12 ਸਾਲ ਪਹਿਲਾਂ ਇੱਕ ਵਾਰ ਕ੍ਰੇਜ਼ ਇਹਨਾਂ ਦਾ ਇੰਨਾ ਕਿ ਹੋਇਆ ਸੀ ਫਿਰ ਇੱਕ ਵਾਰ ਡਾਊਨ ਹੋਇਆ ਤੇ ਹੁਣ ਫਿਰ ਇਹਦਾ ਕ੍ਰੇਜ਼ ਥੋੜਾ ਜਿਹਾ ਵਧਣਾ ਸ਼ੁਰੂ ਹੋ ਗਿਆ 100 ਦਾ ਬੜਾ ਕ੍ਰੇਜ਼ ਆ ਹਾਂਜੀ ਹਾਂਜੀ 350 ਦਾ ਬੜਾ ਕ੍ਰੇਜ਼ ਆ ਹਾਂਜੀ ਤੇ ਮੈਨੂੰ ਇਹ 5 ਸਪੀਡ ਮਿਲ ਗਿਆ ਸੀ ਫਿਰ ਮੈਂ ਤਾਂ ਚੱਕਿਆ ਸੀ ਠੀਕ ਹੈ ਜੀ ਹਾਂਜੀ ਇਹਨੂੰ ਰੀਸਟੋਰ ਕਰਾਵਾਂਗੇ ਬਾਈ ਅਜੇ ਠੀਕ ਹੈ ਜੀ ਹਾਂਜੀ ਤੇ ਇਹ ਫੀਲਡ ਆਪਣਾ ਹਾਂਜੀ ਇਹ ਤਾਂ ਭਾਜੀ ਮੇਰਾ ਸਕੂਲ ਟਾਈਮ ਦਾ ਮੋਟਰਸਾਈਕਲ ਆ ਅੱਛਾ ਜੀ ਹਾਂਜੀ ਇਹ ਤਾਂ ਮੈਂ ਸਕੂਲ ਟਾਈਮ ਲਿਆ ਸੀ ਸ਼ਾਇਦ ਪਲੱਸ 1 ਦੇ ਏਅਰ ਗੇਟ 'ਚ ਲਿਆ ਸੀ ਅੱਛਾ ਜੀ ਅੱਛਾ ਇਹ ਸਾਰਾ ਜੈਨੂਇਨ ਹੀ ਸਰ ਮੇਰਾ ਸਰ 35-38 ਹਜ਼ਾਰ ਕਿਲੋਮੀਟਰ ਚੱਲਿਆ ਮੋਟਰਸਾਈਕਲ 2005 ਮਾਡਲ ਹੈ ਠੀਕ ਹੈ ਜੀ ਤੇ ਸਾਰਾ ਉਦਾਂ ਦਾ ਉਦਾਂ ਹੀ ਪਿਆ ਚਲੋ ਇਹ ਵੀ ਆਪਣੇ ਐਂਟੀਕ ਦੀ ਕਲੈਕਸ਼ਨ ਦੇ ਵਿੱਚ ਆ ਗਿਆ ਫਿਰ ਵੀ ਇਹ ਫਿਰ ਸੇਲ ਨਹੀਂ ਕੀਤਾ ਮੈਂ 2 ਸਾਲ ਚਲਾਇਆ ਸੀ ਹਾਂਜੀ ਇਹ ਪਲੱਸ 2 ਤੱਕ ਚਲਾਇਆ ਹੁਣ ਮੈਂ ਠੀਕ ਹੈ ਤੇ ਬਾਅਦ 'ਚ ਫਿਰ ਮੈਂ ਇਦਾਂ ਖਿਲਾੜਤਾ ਹੁੰਦਾ ਬਾਅਦ 'ਚ ਚਲਾਇਆ ਹੀ ਨਹੀਂ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਅੱਗੇ ਪ੍ਰਿਆ ਦੀ ਲੁੱਕ ਬਹੁਤ ਵਧੀਆ ਦਿੱਤੀ ਹਾਂਜੀ ਬਹੁਤ ਸੋਹਣਾ ਤਿਆਰ ਹੋਇਆ ਭਾਈ ਹੈ ਨਾ ਹਾਂਜੀ ਯਾਨੀ ਕਿ ਉਹ ਕਹਿ ਦਿੰਦੇ ਨਾ ਜਿਵੇਂ ਪੰਜਾਬੀ 'ਚ ਕਹਿੰਦੇ ਵੀ ਵੱਟ ਕੱਢੇ ਪਏ ਉਹ ਗੱਲ ਹਾਂਜੀ ਇਹਦਾ ਮੀਟਰ ਦੇਖਿਓ ਭਾਈ ਸਿਰਫ 11,000 ਚੱਲਿਆ ਓਰੀਜਨਲ ਹਾਂਜੀ ਕੀ ਬਾਤ ਅੱਜ ਤਾਂ ਮੁੱਠੇ ਮੁੱਠੇ ਹਜੇ ਤੱਕ ਨਾਲ ਦੀ ਹੈ ਸਾਰਾ ਕੁਛ ਇਹਦਾ ਅੱਛਾ ਜੀ ਇਹ ਓਰੀਜਨਲ 'ਚ ਹੀ ਹੈ ਸਾਰਾ ਕੁਛ ਹਾਂਜੀ ਹਾਂਜੀ ਬਹੁਤ ਸਾਫ਼ ਹੈ ਉਹ ਹੋਰਨ ਤੱਕ ਸਭ ਕੁਛ ਨਾਲ ਦਾ ਹੀ ਇਹਦਾ ਇਹਦਾ ਕੁਛ ਨਹੀਂ ਚੇਂਜ ਕੀਤਾ ਬਸ ਸਿਰਫ ਇਹ ਪੇਂਟ ਹੋਇਆ ਠੀਕ ਹੈ ਜੀ ਥੋੜੀਆਂ ਬਹੁਤੀਆਂ ਚੀਜ਼ਾਂ ਜਿੱਦਾਂ ਲੀਵਰ ਵਗੈਰਾ ਹੋ ਗਏ ਹਾਂਜੀ ਇਹ ਵਗੈਰਾ ਚੇਂਜ ਹੋਏ ਜਿੱਦਾਂ ਉਹ ਚੇਤਕ ਆ ਚੇਤਕ ਦੇ ਤੇ ਆ ਲੀਵਰ ਵੀ ਨਹੀਂ ਚੇਂਜ ਭਾਜੀ ਹਾਂਜੀ ਹਾਂਜੀ ਉਹਦੇ ਨਾਲ ਦੇ ਆ ਜੀ ਆ ਆ ਕਾਫੀ ਮਸ਼ਹੂਰ ਹੁੰਦੀ ਸੀ ਹਾਂਜੀ ਹਾਂਜੀ ਇਹ ਨਾਲ ਦਾ ਹੀ ਨਾ ਕਹਿੰਨੇ ਲੋਕਾਂ ਨੂੰ ਕਹਿਣਾ ਆ ਖਿੱਚ ਲਈ ਹੋਏ ਇਹਦਾ ਖੋਲ ਲਈ ਇਹ ਖਾਸ ਕਰ ਪਹਿਲਾਂ 2-3 ਮੈਨੂੰ ਲੱਭੇ ਸੀ ਅੱਛਾ ਜੀ ਉਹ ਟੁੱਟੇ ਮਿਲੇ ਸੀ ਮੈਨੂੰ ਠੀਕ ਹੈ ਇਹਦਾ ਨਾਲ ਦਾ ਮਿਲਿਆ ਸੀ ਇਹ ਠੀਕ ਹੈ ਜੀ ਆ ਵਰਕਿੰਗ ਚਾਹੀਏ ਵੀ ਵਰਕਿੰਗ ਬੜੀ ਸੋਹਣੀ ਹੈ ਹਾਂਜੀ ਹਾਂਜੀ ਬਿਲਕੁਲ ਆ ਅੱਜ ਕੱਲ੍ਹ ਆ ਭਾਈ ਮਿਲਣੀਆਂ ਬਹੁਤ ਮੁਸ਼ਕਲ
ਇਹ ਦਿੱਲੀ ਤੋਂ ਹੀ ਅਰੇਂਜ ਹੁੰਦੀਆਂ ਹਨ। ਅੱਛਾ, ਇਹ ਤੁਸੀਂ ਦਿੱਲੀ ਤੋਂ ਮੰਗਵਾਈਆਂ ਹੋਈਆਂ? ਹਾਂਜੀ, ਪਾਰਸ ਉੱਥੋਂ ਅਰੇਂਜ ਸੌਖੇ ਹੋ ਜਾਂਦੇ। ਠੀਕ ਹੈ, ਫਿਰ ਇਹਨਾਂ ਦੂਸਰੇ ਸਾਧਨਾਂ ਦੇ ਵਿੱਚ ਵੀ ਕਈ ਪਾਰਸ ਤੁਹਾਨੂੰ ਇਹੋ ਜਿਹਾ ਹੋਇਆ ਹੋਊਗਾ ਵੀ ਬਾਹਰ ਆਪਾਂ ਨੂੰ ਆਊਟ ਆਫ ਸਟੇਟ ਤੋਂ ਮੰਗਵਾਉਣੇ ਪਏ ਹੋਣ। ਹਾਂਜੀ, ਹੈ ਨਾ, ਫੋਰ ਵੀਲਰ ਦੇ ਜ਼ਿਆਦਾ, ਜਿੱਦਾਂ ਇਹ ਵੀ ਆਊਟ ਆਫ ਸਟੇਟ ਹੀ ਹੋ ਗਏ ਭਾਅ ਜੀ, ਦਿੱਲੀ ਤੋਂ ਇਹਨਾਂ ਟੂ ਵੀਲਰਾਂ ਦੇ। ਹਾਂਜੀ ਹਾਂਜੀ, ਜਿਹੜੇ ਮੇਰੇ ਕੋਲ ਫੋਰ ਵੀਲਰ ਆ ਉਹਨਾਂ ਦੇ ਜ਼ਿਆਦਾ ਫੋਰਨ ਤੋਂ ਵੀ ਮੰਗਵਾਉਣੇ ਪਏ ਜ਼ਿਆਦਿਆਂ ਦੇ। ਠੀਕ ਹੈ ਜੀ। ਹਾਂਜੀ, ਤੇ ਇਹ ਵਿਸਪਾ ਵੀ ਆਪਾਂ ਫਿਰ ਆਪਣੀ ਇਸੇ ਕਲੈਕਸ਼ਨ ਦੇ। ਹਾਂਜੀ, ਇਹ ਵੀ ਭਾਅ ਜੀ ਤੱਕ ਸਾਰਾ ਜੈਨੂਅਨ ਓਰੀਜਨਲ ਕਰਦਾ ਹੀ ਹੈ ਵੀ। ਇਹ ਕਰਦਾ ਹੀ ਆਪਣਾ। ਹਾਂਜੀ, ਇਹ ਪੇਂਟ ਕਿਤੋਂ ਪੇਂਟ ਪੂੰਟ ਨਹੀਂ ਹੋਇਆ ਜਦੋਂ ਬਜਾਜ ਤੋਂ ਬਾਅਦ ਵਿਸਪੇ ਸ਼ੁਰੂ ਹੋਏ ਤੇ ਉਦੋਂ ਕਹਿੰਦੇ ਹੁੰਦੇ ਸੀ ਵਿਸਪੇ ਲੈ ਲਓ ਤੇ ਕਾਫੀ ਬੰਦਿਆਂ ਨੇ ਲਏ ਸੀ ਮੋਟਰਸਾਈਕਲ ਤੋਂ ਵੀ ਵੱਧ ਰਿਹਾ ਭਾਈ ਇਹਦਾ ਆਪਣੇ ਟਾਈਮ ਫੀਲਿੰਗ ਬਹੁਤ ਵੱਧ ਰਹੀ ਮੋਟਰਸਾਈਕਲ ਤੋਂ ਵੀ ਇਸ ਚੀਜ਼ ਦੀ ਹੈ ਨਾ। ਬਿਲਕੁਲ, ਇਹ ਕਿਤੋਂ ਪੇਂਟ ਪੂੰਟ ਨਹੀਂ ਹੋਇਆ ਭਾਈ ਹਜੇ। ਠੀਕ, ਸਾਰਾ ਜੈਨੂਅਨ ਹੀ ਅਜੇ ਤੱਕ। ਬਿਲਕੁਲ ਬਾਈ ਜੀ, ਬਹੁਤ ਵਧੀਆ ਤਰੀਕੇ ਨਾਲ ਜਿੰਨੇ ਵੀ ਆ, ਇੱਕ ਨਾ ਚੀਜ਼ ਆ ਹੁੰਦੀ ਆ ਵੀ ਦੇਖ ਕੇ ਨਾ ਦਿਲ ਨੂੰ ਛੂਹ ਜਾਂਦੀ, ਉਹ ਗੱਲ ਹੋਈ ਪਈ ਆ। ਇੱਕ ਹੁੰਦਾ ਵੀ ਤਿਆਰ ਤਾਂ ਕਰਵਾ ਲਿਆ, ਚਲੋ ਟਾਈਮ ਪਾਸ ਜਿਹਾ ਕਰਵਾ ਲਿਆ ਯਾਰ ਵੀ ਠੀਕ ਆ, ਅਤੇ ਉਹ ਕਈ ਬੰਦਿਆਂ ਦੀ ਸੋਚ ਹੋ ਜਾਂਦੀ ਯਾਰ ਮੈਂ ਜ਼ਿਆਦਾ ਨਹੀਂ, ਮੈਂ ਤਾਂ ਸੋਚਿਆ ਵੀ ਮੈਂ ਇੰਨੇ ਦੇ ਪੈਸਿਆਂ ਦੇ ਵਿੱਚ ਹੀ ਸਾਰਾ ਕੁਝ ਤਿਆਰ ਕਰ ਲੈਣਾ ਵਾ, ਪਰ ਜਦੋਂ ਤਿਆਰ ਕਰਨ 'ਤੇ ਆਈ ਦੀ ਆ ਤਾਂ ਫਿਰ ਇਹ ਜੀ ਚੀਜ਼ ਜੋ ਤਿਆਰ ਹੋ ਜਾਂਦੀ ਆ। ਇੱਕ ਇੱਕ ਨੱਟ ਦਾ ਧਿਆਨ ਰੱਖੀਦਾ ਭਾਅ ਜੀ। ਬਿਲਕੁਲ, ਜਦੋਂ ਆਪਾਂ ਤਿਆਰ ਕਰਵਾਈ ਦਾ। ਹਾਂਜੀ ਹਾਂਜੀ, ਕੋਈ ਵੀ ਜਿਹੜੀਆਂ ਚੀਜ਼ਾਂ ਤਿਆਰ ਹੋਈਆਂ ਮੈਂ ਕੋਈ ਨੱਟ ਕੋਈ ਵੀ ਕਰੋਮ ਤੋਂ ਬਗੈਰ ਨਹੀਂ ਯੂਜ਼ ਕੀਤਾ। ਆਹ ਦੇਖ ਲਓ, ਜਿਸ ਤਰ੍ਹਾਂ ਆਪਣੀਆਂ ਇਹਦੇ ਹੱਬ ਦੇ ਨੱਟ ਵੀ ਤੁਸੀਂ ਜਿੰਨੇ ਨੋਟ ਕਰੋਗੇ ਸਾਰੇ ਕਰੋਮ। ਬਿਲਕੁਲ, ਹਾਂਜੀ, ਜਿਹੜੇ ਮਰਜ਼ੀ ਜਿੱਦਾਂ ਉਹਦੇ ਵੀ ਕਰੋਗੇ ਤੁਸੀਂ, ਵਿਜੇ ਸੁਪਰ ਦੇ ਵੀ। ਹਾਂਜੀ, ਹੱਬਾਂ ਦੇ ਨੱਟ ਸਾਰੇ ਕਰੋਮ ਹੋਏ ਪਏ ਆ। ਠੀਕ ਹੈ, ਹਾਂਜੀ, ਇੱਧਰੋਂ ਦੇਖੋਗੇ ਨਾ ਇੱਧਰਲੀ ਸਾਈਡ, ਉਹ ਦੇਖੋ ਸਾਰੇ ਕਰੋਮ ਕਰੋਮ ਕਰਾ ਕੇ ਫੇਰੀ ਆ। ਬਿਲਕੁਲ, ਇਹ ਵੈਸੇ ਵੇਖਣ ਨੂੰ ਨਿੱਕੀਆਂ ਜਿਹੀਆਂ ਚੀਜ਼ਾਂ ਵਾ, ਪਰ ਇਹਨਾਂ ਲਈ ਸਪੈਸ਼ਲ ਆਪਾਂ ਨੂੰ ਟਾਈਮ ਕੱਢਣਾ ਪੈਂਦਾ, ਸਪੈਸ਼ਲ ਕੰਮ ਕਰਨਾ ਪੈਂਦਾ ਇਹਦੇ ਲਈ ਵੀ, ਯਾਨੀ ਕਿ ਤੁਹਾਨੂੰ ਜਿਵੇਂ ਤੁਸੀਂ ਕਹਿੰਦੇ ਕਰਦੇ ਆ ਕੋਈ ਇੱਕ ਅੱਧਾ ਨੱਟ ਵੀ ਮਿਸ ਹੋ ਗਿਆ ਜਾਂ ਜਿਹੜਾ ਕਰੋਮ ਨਹੀਂ ਹੋ ਗਿਆ, ਉਹ ਇੱਕ ਦੇ ਬਦਲੇ ਵੀ ਬੜੀ ਬੜੀ ਦੂਰ ਜਾਣਾ ਫਿਰ ਪੈਂਦਾ, ਕਿਉਂਕਿ ਸਾਡੇ ਇੱਥੇ ਗੁਰਦਾਸਪੁਰ ਕਰੋਮ ਦਾ ਨਹੀਂ ਹੈਗਾ। ਸਾਰਾ ਕੁਝ ਪਟਿਆਲਿਓਂ ਕਰਵਾਇਆ, ਫਿਰ ਪਟਿਆਲੇ ਦੇ ਗੇੜੇ ਬੜੇ ਲਵਾਤੇ ਹੋਣੇ ਇਹਨਾਂ ਨੇ, ਹੈ ਨਾ? ਉਹ ਲੱਗਦੀ ਹੈ ਬਾਜੀ ਫਿਰ, ਹੈ ਨਾ ਜੀ। ਹਾਂਜੀ, ਬਿਲਕੁਲ, ਤੁਹਾਨੂੰ ਇੱਥੋਂ ਮੇਰੇ ਹਿਸਾਬ ਨਾਲ ਪਟਿਆਲਾ ਪੈ ਵੀ ਕਾਫੀ ਖਾਸੀ ਦੂਰ ਪੈ ਜਾਂਦਾ। ਕਾਫੀ ਪੈ ਜਾਂਦਾ ਬਾਜੀ ਸਾਨੂੰ ਤਾਂ। ਹਾਂਜੀ, ਬਿਲਕੁਲ, ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੇ ਤੇ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਟਾਈਮ ਦਿੱਤਾ ਤੁਸੀਂ। ਹਾਂਜੀ, ਬਹੁਤ ਧੰਨਵਾਦ ਭਾਈ ਤੁਹਾਡਾ ਵੀ, ਤੁਸੀਂ ਇੰਨੀ ਦੂਰੋਂ ਆਏ ਸਾਡੇ ਕੋਲ। ਬਿਲਕੁਲ, ਤੇ ਬਾਈ ਉਹਨਾਂ ਦਾ ਹਜੇ ਇਸ ਤੋਂ ਬਾਅਦ ਆਪਾਂ ਹੋਰ ਵੀ ਕਾਫੀ ਕੁਛ ਚੀਜ਼ਾਂ ਇਹਦੀਆਂ ਕਵਰ ਕਰਨੀਆਂ ਵਾ ਕਿ ਤੁਸੀਂ ਉਹ ਵੀ ਚੀਜ਼ਾਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਵਾਕਈ ਯਾਰ ਬਾਈ ਨੇ ਬਹੁਤ ਵਧੀਆ ਅਤੇ ਬਹੁਤ ਵੱਡੀ ਇੱਕ ਕਲੈਕਸ਼ਨ ਕੀਤੀ ਹੋਈ ਆ। ਅਤੇ ਅੱਜ ਦੀ ਵੀਡੀਓ ਇਹੀ, ਧੰਨਵਾਦ ਵੀਡੀਓ ਦੇਖਣ ਲਈ ਜੀ।